ਬੋਲ ਰਹੇ ਸਾਰੀਆਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਬੇਬੁਨਿਆਦ ਆ। ਮੇਰਾ ਨਾਮ ਪਰਮਿੰਦਰਜੀਤ ਕੌਰ ਆ। ਮੈਂ 24 ਤਰੀਕ ਨੂੰ 24 ਜੂਨ ਨੂੰ ਸਾਡੇ ਘਰ ਦੇ ਅੱਗੇ ਮੇਰੀ ਨੌਂਹ ਪ੍ਰਨੀਤ ਕੌਰ ਨੇ ਆਪਣੇ ਪੇਕਿਆਂ ਦੇ ਨਾਲ ਧਰਨਾ ਲਗਾਇਆ ਸੀਗਾ ਸਾਡੇ ਘਰ ਦੇ ਬਾਹਰ ਆ ਕੇ, ਸਾਡੇ ਮੇਰੇ ਪਰਿਵਾਰ ਦੇ ਉੱਤੇ, ਮੇਰੇ ਬੇਟੇ ਅਤੇ ਮੇਰੇ ਪਤੀ 'ਤੇ। ਇਹਨਾਂ ਨੇ ਇਹ ਦੋਸ਼ ਲਾਏ ਸੀ ਕਿ ਅਸੀਂ ਇਹਨਾਂ ਕੋਲ ਦਾਜ ਦਹੇਜ ਅਤੇ ਗੱਡੀ ਦੀ ਮੰਗ ਕੀਤੀ ਆ, ਜਿਹੜੇ ਕਿ ਬਿਲਕੁਲ ਸਰਾਸਰ ਝੂਠ ਆ। ਇੱਕ ਸਾਜਿਸ਼ ਦੇ ਤਹਿਤ ਸਾਨੂੰ ਫਸਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਜਦੋਂ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਤਾਂ ਇਹਨੇ ਲੜਕੀ ਨੇ, ਪ੍ਰਨੀਤ ਕੌਰ ਨੇ, ਮੇਰੀ ਨੌਂਹ ਨੇ 3-4 ਦਿਨਾਂ ਤੋਂ ਬਾਅਦ ਹੀ ਮੇਰੇ ਬੇਟੇ ਨੂੰ ਪੁੱਛਣਾ ਸ਼ੁਰੂ ਕਰਤਾ ਸੀਗਾ ਕਿ ਜਿਹੜੀ ਆਪਣੀ ਕੋਠੀ ਹੈ ਸ਼ਹਿਰ ਵਾਲੀ ਇਹ ਕਿਹਦੇ ਨਾਂ 'ਤੇ ਆ, ਅਤੇ ਜਿਹੜੀ ਪਿੰਡ ਵਾਲੀ ਸਾਡੀ ਜਾਇਦਾਦ ਆ ਉਹ ਕਿਹਦੇ ਨਾਂ 'ਤੇ ਆ। ਅਤੇ ਮੇਰੇ ਬੇਟੇ ਨੇ ਇਹਨੂੰ ਦੱਸਿਆ ਸੀਗਾ ਕਿ ਘਰ ਵਾਲੀ ਕੋਠੀ ਮੰਮਾ ਦੇ ਨਾਂ 'ਤੇ ਆ ਅਤੇ ਜਿਹੜੀ ਪਿੰਡ ਜਾਇਦਾਦ ਆ ਉਹ ਦਾਦਾ ਜੀ ਦੇ ਨਾਂ 'ਤੇ ਆ। ਅਤੇ ਇਹਨੇ ਮੇਰੇ ਬੇਟੇ ਦੇ ਨਾਲ ਬਹੁਤ ਬੁਰੀ ਤਰ੍ਹਾਂ ਰਿਐਕਟ ਕੀਤਾ ਸੀਗਾ। ਥੋੜ੍ਹੇ ਦਿਨਾਂ ਬਾਅਦ ਜਦੋਂ ਇਹ ਆਪਣੇ ਪੇਕੇ ਗਈ ਆ ਪਹਿਲੀ ਵਾਰੀ, ਤਾਂ ਮੇਰਾ ਬੇਟਾ ਇਹਨੂੰ ਲੈਣ ਵਾਸਤੇ ਗਿਆ, ਅਤੇ ਉੱਥੇ ਵੀ ਇਹਦੇ ਸੱਸ ਸਹੁਰੇ ਨੇ ਪਹਿਲਾਂ ਜਾਂਦੇ ਮੇਰੇ ਬੇਟੇ ਨੇ ਇਹੋ ਗੱਲ ਕਹੀ ਆ ਕਿ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਆ, ਤੇਰੇ ਨਾਂ 'ਤੇ ਕੋਈ ਜਾਇਦਾਦ ਨਹੀਂ ਹੈਗੀ, ਤੂੰ ਆਪਣੀ ਮੰਮਾ ਨੂੰ ਕਹਿ ਕੋਠੀ ਤੇਰੇ ਨਾਂ 'ਤੇ ਕਰ ਦੇਣ। ਅਤੇ ਮੇਰੇ ਬੇਟੇ ਨੇ ਆਣ ਕੇ ਸਾਨੂੰ ਆਪਣੇ ਪਾਪਾ ਨੂੰ, ਆਪਣੇ ਦਾਦਾ ਜੀ ਨੂੰ ਅਤੇ ਮੈਨੂੰ ਇਹ ਦੱਸਿਆ ਕਿ ਹਮੇਸ਼ਾ ਹੀ ਇਹੀ ਗੱਲ ਇਹ ਕਿਉਂ ਕਰਦੇ ਆ। ਸਾਨੂੰ ਇਹਨਾਂ ਦੀ ਸਾਜਿਸ਼ ਦੀ ਬਿਲਕੁਲ ਉਦੋਂ ਸਮਝ ਨਹੀਂ ਆਈ, ਕਿਉਂਕਿ ਮੈਂ ਆਪਣੇ ਬੇਟੇ ਦਾ ਰਿਸ਼ਤਾ ਇਹਨਾਂ ਦੇ ਘਰ ਦੇ ਵਿੱਚ ਜੋੜ ਕੇ, ਪ੍ਰਨੀਤ ਕੌਰ ਦੇ ਨਾਲ ਜੋੜ ਕੇ ਮੈਂ ਆਪਣੇ ਬੇਟੇ ਲਈ ਖੁਸ਼ੀਆਂ ਲੈਣ ਵਾਸਤੇ ਗਈ ਸੀ, ਨਾ ਕਿ ਆਪਣੇ ਪਰਿਵਾਰ ਲਈ ਦੁੱਖ। ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ। ਹਾਂਜੀ, ਇਹਨਾਂ ਦਾ ਮੇਨ ਟਾਰਗੇਟ ਜਿਹੜਾ, ਕਿਉਂਕਿ ਘਰ ਦੇ ਥੱਲੇ ਮੈਂ ਆਪਣੀ ਬੁਟੀਕ ਚਲਾਉਂਦੀ ਹਾਂ, ਮੈਨੂੰ 28 ਸਾਲ ਹੋ ਗਿਆ ਬਿਜ਼ਨਸ ਚਲਾਉਂਦਿਆਂ। ਅਸੀਂ ਦੋਵਾਂ ਜੀਆਂ ਨੇ ਆਪਣੇ ਬੱਚਿਆਂ ਦੇ ਸੰਯੋਗ ਦੇ ਨਾਲ ਮਿਹਨਤ ਕਰਕੇ ਆਪਣਾ ਇੱਕ ਘਰ ਬਣਾਇਆ, ਇੱਕ ਆਪਣਾ ਬਿਜ਼ਨਸ, ਸਾਰੀ ਉਮਰ ਦੇ ਵਿੱਚ ਆਪਣਾ ਬਿਜ਼ਨਸ ਸੈੱਟ ਕੀਤਾ ਵਾ। ਇਹਨਾਂ ਦਾ ਮੇਨ ਜਿਹੜਾ ਨਿਸ਼ਾਨਾ ਆ ਉਹ ਸਿਰਫ ਇਹੀ ਆ ਵੀ ਇਹ ਬਾਹਰ, ਇਹਨਾਂ ਦੇ ਸਾਡੇ ਵੀ ਵੀਜ਼ੇ ਆਏ ਆ ਕੈਨੇਡਾ ਦੇ, ਕਿ ਇਹ ਕੈਨੇਡਾ ਚਲੇ ਜਾਣ ਅਤੇ ਜਿਹੜਾ ਚੱਲਦਾ ਹੋਇਆ ਬਿਜ਼ਨਸ ਅਤੇ ਘਰ ਆ ਸਾਨੂੰ ਦੇ ਦੇਵੇ। ਕਿਉਂਕਿ ਜਦੋਂ ਇਹ ਮੇਰਾ ਬੇਟਾ 23 ਅਪ੍ਰੈਲ ਨੂੰ ਗਿਆ ਵਾ, ਅਤੇ 24 ਅਪ੍ਰੈਲ ਨੂੰ ਇਹ ਆਪਣੀ ਬੇਟੀ ਨੂੰ ਲੈ ਗਏ ਆ ਕਿ ਮੇਰੇ ਬੇਟੇ ਨੇ ਬਾਹਰ ਜਾਣਾ, ਪ੍ਰਨੀਤ ਕੌਰ ਦੇ ਭਰਾ ਨੇ, ਹਰਮਨ ਨੇ, ਕਿ ਮੇਰੇ ਬੇਟੇ ਨੇ ਜਾਣਾ ਆ ਅਤੇ ਇਹਨੂੰ ਸਾਡੇ ਨਾਲ ਉੱਥੇ ਸਾਡੇ ਪਿੰਡ ਭੇਜ ਦਿਉ। ਇਹਦਾ ਭਰਾ ਹਰਮਨ ਆਣ ਕੇ ਇਹਨੂੰ ਮੇਰੀ ਨੌਂਹ ਨੂੰ ਲੈ ਕੇ ਗਿਆ ਵਾ, ਅਤੇ ਉਸ ਤੋਂ ਬਾਅਦ ਮੇਰੀ ਨੌਂਹ ਆਈ ਨਹੀਂ ਆ। ਅਤੇ ਜਦੋਂ ਇਹਦਾ ਭਰਾ 31 ਤਰੀਕ ਨੂੰ ਉੱਥੇ ਗਿਆ ਵਾ ਆਪਣੇ ਨੌਕਰੀ 'ਤੇ, ਜਿੱਥੇ ਉਹ ਕਰਦਾ ਹੈ, ਜਹਾਜ਼ ਦੇ ਵਿੱਚ ਕੰਮ ਕਰਦਾ, ਉੱਥੇ ਗਿਆ ਵਾ, ਇਹਦੀ ਮਾਂ ਇਕੱਲੀ ਮੇਰੇ ਘਰ ਆਈ ਆ ਸਵੇਰੇ, ਇਹ 1 ਤਰੀਕ ਨੂੰ, 1 ਜੂਨ ਨੂੰ, 1 ਮਈ ਨੂੰ। ਅਤੇ ਇਹਨੇ ਆਣ ਕੇ ਇਹ ਕਿਹਾ ਸਾਨੂੰ ਵੀ ਮੇਰੀ, ਤੁਸੀਂ ਬਾਹਰ ਜਾ ਰਹੇ ਜੇ ਅਤੇ ਮੇਰੀ ਬੇਟੀ ਜਿਹੜੀ ਉਹ ਕਿੱਥੇ ਰਹੂਗੀ? ਅਤੇ ਮੈਂ ਉਹਨੂੰ ਕਿਹਾ ਕਿ ਨੈਚੁਰਲੀ ਆ ਕਿ ਜਦੋਂ ਅਸੀਂ ਵੀ ਬਾਹਰ ਜਾ ਰਹੇ ਸਾਡਾ ਘਰ ਬੰਦ ਹੋਊਗਾ ਅਤੇ ਤੇਰੀ ਬੇਟੀ ਤੇਰੇ ਘਰ ਹੀ ਰਹੂਗੀ। ਅਤੇ ਇਹਨੇ ਮੈਨੂੰ ਕਿਹਾ ਕਿ ਨਹੀਂ, ਮੇਰੀ ਬੇਟੀ ਸਾਡੇ ਘਰ ਨਹੀਂ ਰਹੂਗੀ, ਤੁਸੀਂ ਸਾਨੂੰ ਕੋਠੀ ਦੀਆਂ ਚਾਬੀਆਂ ਦੇ ਕੇ ਜਾਓ, ਅਸੀਂ ਤੁਹਾਡਾ ਬੁਟੀਕ ਦਾ ਬਿਜ਼ਨਸ ਵੀ ਚਲਾਵਾਂਗੇ ਅਤੇ ਨਾਲ ਅਸੀਂ ਤੁਹਾਡਾ ਇੱਥੇ ਘਰ ਇੱਥੇ ਹੀ ਰਹਾਂਗੇ, ਅਸੀਂ ਆਪਣੀ ਬੇਟੀ ਦੇ ਨਾਲ ਰਹਾਂਗੇ। ਮੈਂ ਉਹਨੂੰ ਕਿਹਾ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇੱਦਾਂ ਥੋੜ੍ਹੀ ਹੁੰਦਾ ਹੈ ਕਿ ਅਸੀਂ ਆਪਣਾ ਘਰ ਦੀਆਂ ਚਾਬੀਆਂ ਔਰ ਮੈਂ ਤੈਨੂੰ ਆਪਣਾ ਬਿਜ਼ਨਸ ਦੇ ਜਾਂ, ਕਿਉਂਕਿ ਮੇਰੇ ਕੋਲ ਥੱਲੇ 10 ਬੰਦੇ ਕਾਰੀਗਰ ਜਿਹੜੇ ਸਾਰੇ ਬੰਦੇ ਕੰਮ ਕਰਦੇ, ਇੱਕ ਲੜਕੀ ਹੈ ਵਿੱਚ। ਮੈਂ ਕਿਹਾ ਇੱਦਾਂ ਨਹੀਂ, ਨਵੀਂ ਸਮੀ ਵੋਟੀ ਆ, ਇਹਨੂੰ ਅਸੀਂ ਇੱਦਾਂ ਨਹੀਂ ਕਰ ਸਕਦੇ। ਉਹ ਤੋਂ ਬਾਅਦ ਇਹਨੇ ਬਸ ਸਾਡੇ ਨਾਲ ਹੋਰ ਵੀ ਇਹਨਾਂ ਸਾਜ਼ਿਸ਼ਾਂ ਬਣਾਉਣੀਆਂ ਸ਼ੁਰੂ ਕਰਤੀਆਂ। ਅਸੀਂ ਫਿਰ 9 ਮਈ ਨੂੰ, ਮੈਂ ਅਤੇ ਮੇਰੇ ਹਸਬੈਂਡ ਸਰਦਾਰ ਬਲਜੀਤ ਸਿੰਘ, ਅਸੀਂ ਦੋਨੇ ਜਾਣੇ ਕੈਨੇਡਾ ਗਏ ਹਾਂ। ਸਾਡੇ ਤੋਂ ਬਾਅਦ ਇਹਨਾਂ ਨੇ ਸਾਡੇ ਰਿਸ਼ਤੇਦਾਰਾਂ ਕੋਲ ਜਾਣਾ ਸ਼ੁਰੂ ਕਰਤਾ, ਉੱਥੇ ਜਾ ਕੇ ਇਹ ਇਲਜ਼ਾਮ ਲਾਉਣੇ ਸ਼ੁਰੂ ਕਰਤੇ, ਪੁੱਠੇ ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਮੇਰੀ ਬੇਟੀ ਜਿਹੜੀ ਆ ਉਹ ਚੀਮਾ ਖੁਰਦ ਵਿਆਹੀ ਆ, ਉਹ ਰਹਿੰਦੀ, ਮੇਰੀ ਬੇਟੀ ਕੈਨੇਡਾ ਹੀ ਆ, ਪਰ ਉਹਦੇ ਜਿਹੜੇ ਫਾਦਰ ਇਨ ਲਾ ਅਤੇ ਮਦਰ ਇਨ ਲਾ ਆ ਦੋਨੇ ਚੀਮਾ ਖੁਰਦ ਰਹਿੰਦੇ ਆ। ਉੱਥੇ ਜਾ ਕੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਉਹਨਾਂ ਨੇ ਸਾਡੀ ਬੇਟੀ ਛੱਡਤੀ ਆ ਅਤੇ ਤੁਸੀਂ ਉਹਨਾਂ ਦੀ ਬੇਟੀ ਛੱਡ ਦਿਉ, ਜਦੋਂ ਕਿ ਸਾਨੂੰ ਕੋਈ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਕਿ ਅਸੀਂ। ਹਾਂਜੀ, ਇਹਨਾਂ ਨੇ ਜਦੋਂ ਸਾਡੇ ਦਰਵਾਜ਼ੇ ਦੇ ਅੱਗੇ ਧਰਨਾ ਵੀ ਲਾਇਆ ਵਾ, ਅਤੇ ਅਸੀਂ ਕੈਨੇਡਾ ਤੋਂ, ਸਾਨੂੰ 2 ਦਿਨ ਹੀ ਹੋਏ ਸੀ ਆਇਆਂ ਨੂੰ, ਮੇਰੇ ਹਸਬੈਂਡ ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਔਰ ਮੇਰੀ ਵੀ ਤਬੀਅਤ ਉਹਨਾਂ ਦਿਨਾਂ 'ਚ ਬਹੁਤ ਖਰਾਬ ਸੀਗੀ, ਇਹ ਆਪਣੀ ਮੈਡੀਸਨ ਲੈਣ ਅਤੇ ਅਸੀਂ ਕੱਪੜੇ ਲੈਣ ਵਾਸਤੇ ਰਾਤੀ ਆਏ ਹਾਂ ਜਦੋਂ, ਅਤੇ ਇਹਨਾਂ ਨੇ, ਇਹਦੇ ਪ੍ਰਨੀਤ ਕੌਰ ਦੇ ਪਿਤਾ ਨੇ ਸੁਖਜਿੰਦਰ ਸਿੰਘ ਨੇ, ਇਹਦਾ ਮਾਸੜ ਕਾਰਜ ਸਿੰਘ, ਇੱਕ ਮਾਸੜ ਦਾ ਜਵਾਈ ਜਿਹੜਾ ਆ ਸੁਖਜੀਤ ਸਿੰਘ ਆ, ਉਹ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ ਅਤੇ ਆਪਣੀ ਕੁਰਸੀ ਦੀ ਗਲਤ ਵਰਤੋਂ ਕਰਦਾ ਆ ਪੁਲਿਸ ਵਾਲੇ ਲਿਆਣ ਕੇ, ਅਤੇ ਇੱਕ ਇਹਦੀ ਭੂਆ ਦਾ ਬੇਟਾ ਆ ਮਨਜੋਤ ਸਿੰਘ, ਇਹ ਸਾਰੇ ਮੇਰੇ ਹਸਬੈਂਡ ਦੇ ਪਿੱਛੇ ਦਾਤਰ ਲੈ ਕੇ ਭੱਜੇ ਆ, ਕਿਰਪਾਨਾਂ ਨੰਗੀਆਂ ਲੈ ਕੇ ਭੱਜੇ ਆ, ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਉਦੋਂ ਵੀ ਇਹਨਾਂ ਨੇ ਕੀਤੀ ਆ, ਨਾਲ ਸਾਡੀ ਗੱਡੀ ਵੀ ਭੰਨਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਪਰ ਸਾਡੀ ਕਿਸਮਤ ਚੰਗੀ ਸੀ ਕਿ ਅਸੀਂ ਬਚ ਗਏ ਹਾਂ। ਹੁਣ ਇਹ ਫਿਰ ਸਾਨੂੰ ਰੋਜ਼ ਧਮਕੀਆਂ ਲਾਉਂਦੇ ਆ ਕਿ ਜੇਕਰ ਤੁਸੀਂ 23 ਤਰੀਕ ਤੋਂ ਪਹਿਲਾਂ ਸਾਡੀ ਬੇਟੀ ਨੂੰ ਲੈ ਕੇ ਨਹੀਂ ਜਾਓਗੇ ਤਾਂ ਅਸੀਂ ਆਪਣੀ ਬੇਟੀ ਨੂੰ ਤੁਹਾਡੇ ਘਰ ਦੇ ਅੱਗੇ ਲਿਆ ਕੇ ਜਾਂ ਤੇਜ਼ਾਬ ਪਾਵਾਂਗੇ ਜਾਂ ਕੋਈ ਕੱਟ ਲਾਵਾਂਗੇ, ਲਾ ਕੇ ਤੁਹਾਡੇ ਉੱਤੇ ਹੀ ਪਰਚੇ ਬਣਾਵਾਂਗੇ, ਨਾਲ ਤੁਹਾਨੂੰ ਝੂਠੇ ਦਾਜ ਦੇ ਪਰਚਿਆਂ 'ਚ ਫਸਾਵਾਂਗੇ, ਤੁਹਾਡੀਆਂ ਜ਼ਮਾਨਤਾਂ ਨਹੀਂ ਕਰਾਉਣ ਦੇਵਾਂਗੇ। ਦੂਜੇ ਕਿਸਾਨ ਸੰਘਰਸ਼ ਕਮੇਟੀ ਵਾਲੇ ਜਿਹੜੇ ਆ, ਉਦੋਂ ਵੀ ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ, ਸਾਡੀ ਇੱਜ਼ਤ ਦਾ ਇਹਨਾਂ ਨੇ ਬਿਲਕੁਲ ਫਲੰਦਾ ਬਣਾਇਆ ਵਾ,
ਇਹ ਕਿਸੇ ਵੀ ਬੰਨੇ ਇਹਨਾਂ ਸਾਲਾਂ ਦੇ ਵਿੱਚ ਅਸੀਂ ਆਪਣੇ ਪਰਿਵਾਰ ਦੀ ਇੱਜ਼ਤ ਹੈ ਜਿਹੜੀ ਆ ਉਹਨੂੰ ਇੱਕ ਕਮਾਇਆ ਸੀਗਾ, ਆਪਣਾ ਬਿਜ਼ਨਸ ਚਲਾ ਕੇ, ਘਰ ਬਣਾ ਕੇ, ਬੱਚੇ ਆਪਣੇ ਪੜ੍ਹਾ ਕੇ, ਸਿਰਫ ਅਤੇ ਸਿਰਫ ਆਪਣੀ ਇੱਜ਼ਤ ਜਿਹੜੀ ਆ ਮੈਂ ਉਹਨੂੰ ਹੀ ਅਸੀਂ ਬਣਾਇਆ ਸੀ। ਔਰ ਸਾਡਾ ਪਰਿਵਾਰ ਜਿਹੜਾ ਆ ਉਹ ਇੱਕ ਨਾਮਵਰ ਪਰਿਵਾਰ ਆ, ਪਰ ਇਹਨਾਂ ਨੇ ਸਾਡੀ ਇੱਜ਼ਤ ਨੂੰ ਇੰਨਾ ਜ਼ਿਆਦਾ ਉਛਾਲਿਆ ਆ ਕਿ ਸਾਨੂੰ ਆਪਣੇ ਆਪ ਬਹੁਤ ਜ਼ਿਆਦਾ ਬੋਝ ਲੱਗਣ ਲੱਗ ਗਿਆ ਵਾ। ਜਦੋਂ ਵੀ ਅਸੀਂ ਕਿਤੇ ਲੰਘਦੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਹਰ ਬੰਦਾ ਸਾਨੂੰ ਗਲਤ ਨਜ਼ਰਾਂ ਨਾਲ ਦੇਖ ਰਿਹਾ ਵਾ। ਹਾਂਜੀ, ਸਾਡਾ ਫਿਰ ਮੁੜ ਕੇ ਜਦੋਂ ਇਹਨਾਂ 3 ਦਿਨ ਧਰਨਾ ਲਾ ਕੇ ਸਾਡੀ ਗਲੀ 'ਚ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਇਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਇਹਨਾਂ ਨੇ ਇੱਥੇ ਕੀਤਾ ਆ। ਉਸ ਤੋਂ ਬਾਅਦ ਸਾਡਾ DSP ਕੋਲ ਜਾ ਕੇ ਸਾਡਾ ਰਾਜ਼ੀਨਾਮਾ ਹੋਇਆ ਸੀਗਾ, ਪਰ ਰਾਜ਼ੀਨਾਮਾ ਹੋਣ ਦੇ ਬਾਵਜੂਦ ਵੀ ਹੁਣ ਇਹ ਫਿਰ ਦੁਬਾਰਾ ਕੰਪਲੇਂਟਾਂ ਕਰ ਰਹੇ ਆ, ਅਤੇ ਹੁਣ ਇਹ ਸਾਨੂੰ ਕਹਿ ਰਹੇ ਆ ਕਿ ਅੱਗੇ ਅਸੀਂ ਜਿਹੜਾ ਤੁਹਾਡੇ ਘਰ ਦੇ ਅੱਗੇ ਧਰਨਾ ਲਾਇਆ ਇੱਕ ਟ੍ਰੇਲਰ ਦਿਖਾਇਆ ਵਾ, ਹੁਣ ਅਸੀਂ SP ਦੇ ਦਫ਼ਤਰ ਅੱਗੇ ਧਰਨਾ ਲਾਵਾਂਗੇ। ਕਿਸਾਨ ਯੂਨੀਅਨ ਵਾਲੇ ਕਹਿ ਰਹੇ ਆ ਅਤੇ ਅਸੀਂ 10 ਮਿੰਟ ਦੇ ਵਿੱਚ ਤੁਹਾਨੂੰ ਅਰੈਸਟ ਵੀ ਕਰਾਵਾਂਗੇ, ਝੂਠੇ ਪਰਚੇ ਬਣਾਵਾਂਗੇ ਅਤੇ ਤੁਹਾਨੂੰ ਅਸੀਂ ਜੇਲ੍ਹ ਦੀ ਦਾਲ ਵੀ ਪਿਆਵਾਂਗੇ। ਹਾਂਜੀ, ਬਿਲਕੁਲ ਨਹੀਂ, ਕਿਉਂਕਿ ਸਾਡੇ ਘਰ ਅੱਗੇ ਹੀ ਪਹਿਲਾਂ ਹੀ ਸਾਡੇ ਕੋਲ ਆਲਰੇਡੀ 2 ਗੱਡੀਆਂ ਨੇ, ਇੱਕ ਸਾਡੇ ਕੋਲ ਵਰਨਾ ਆ, ਇੱਕ ਸਾਡੇ ਕੋਲ ਸਵਿਫਟ ਆ। ਅਸੀਂ 1 ਰੁਪਏ ਦੀ ਤਾਂ ਕੀ 1 ਸੂਈ ਜਿੰਨੀ ਚੀਜ਼ ਦੀ ਵੀ ਕੋਈ ਮੰਗ ਨਹੀਂ ਕੀਤੀ, ਨਾ ਹੀ ਇਹਨਾਂ ਨੇ ਸਾਨੂੰ ਦਿੱਤੀ ਆ। ਜਿਹੜਾ ਮੇਰੀ ਨੌਂਹ ਪ੍ਰਨੀਤ ਕੌਰ ਨੇ ਕਿਹਾ ਵਾ ਕਿ ਦਾਜ ਦਹੇਜ ਮੈਂ ਲੈ ਕੇ ਆਈ ਸੀਗੀ, ਕਿਉਂਕਿ ਸਾਰਾ ਕੁਝ ਸਾਡੇ ਘਰ ਹੀ ਆ, 1 ਸੂਈ ਜਿੰਨੀ ਚੀਜ਼ ਵੀ ਸ਼ੋਅ ਕਰਨ ਕਿ ਹਾਂ ਇਹਨਾਂ ਕੋਲ ਅਸੀਂ ਮੰਗੀ ਆ। ਹਾਂ, 1 ਇਹਨਾਂ ਨੇ ਸਾਡੇ ਅਸੀਂ ਮਿਲਣੀਆਂ ਅਤੇ ਨੌਂਗੇ, 2 ਚੀਜ਼ਾਂ ਇਹਨਾਂ ਕੋਲ ਜ਼ਰੂਰ ਲਈਆਂ, ਪਰ ਜਿਸ ਤਰ੍ਹਾਂ ਦੇ ਨੌਂਗੇ ਅਤੇ ਮਿਲਣੀਆਂ ਇਹਨਾਂ ਨੇ ਸਾਨੂੰ ਦਿੱਤੀਆਂ ਵਾ, ਗਿਫਟ ਦਿੱਤੇ ਆ, ਉੱਦਾਂ ਦੇ ਹੀ ਮੇਰੇ ਪਰਿਵਾਰ ਵੱਲੋਂ ਇਹਦੇ ਪਰਿਵਾਰ ਨੂੰ ਵੀ ਦਿੱਤੇ ਗਏ ਆ। ਅਸੀਂ ਕੋਈ ਵੀ ਇਹਨਾਂ ਦੇ ਕੋਲੋਂ 1 ਪੈਸੇ ਦੀ ਚੀਜ਼ ਜਿਹੜੀ ਨਾ ਲਈ ਆ, ਨਾ ਹੀ ਅਸੀਂ ਕੋਈ ਮੰਗ ਕੀਤੀ ਆ। ਇਹ ਸਿਰਫ ਅਤੇ ਸਿਰਫ ਮੇਰੇ ਪਰਿਵਾਰ ਨੂੰ ਫਸਾਉਣ ਦਾ ਇੱਕ ਬਹੁਤ ਕੋਝੀ ਸਾਜਿਸ਼ ਦੇ ਤਹਿਤ, ਇੱਕ ਮਾਸਟਰ ਮਾਈਂਡ ਦੇ ਤਹਿਤ ਸਾਨੂੰ ਫਸਾ ਰਹੇ ਆ, ਬਲੈਕਮੇਲ ਕਰ ਰਹੇ ਆ, ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਸਾਡਾ ਮੇਰਾ ਸਾਰਾ ਹੀ ਪਰਿਵਾਰ NRI ਆ, ਕਿ ਅਸੀਂ ਇਹਨਾਂ ਨੂੰ ਡਰਾਵਾਂਗੇ, ਧਮਕਾਵਾਂਗੇ ਅਤੇ ਸਾਡੀ ਕੋਠੀ ਅਤੇ ਸਾਡੇ ਮੇਰਾ ਬੁਟੀਕ ਜਿਹੜਾ ਮੇਰਾ ਬਿਜ਼ਨਸ ਆ ਉਹਨੂੰ ਇਹ ਹੈਂਡਲ ਕਰਨਾ ਚਾਹੁੰਦੀਆਂ, ਉਹਨੂੰ ਸੰਭਾਲਣਾ ਚਾਹੁੰਦੀਆਂ, ਵੀ ਜਿੱਦਾਂ ਵੀ ਸਾਨੂੰ ਮਿਲ ਜਾਏ ਅਸੀਂ ਇਹਨਾਂ ਨੂੰ ਕਬਜ਼ਾ ਕਰ ਲਈਏ, ਜੋ ਵੀ ਕਰ ਰਹੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਕੀ ਹੁਣ ਧੀਆਂ ਜਿਹੜੀਆਂ ਵਾ ਉਹਨਾਂ ਨੂੰ ਵਸਾਉਣ ਵਾਸਤੇ ਸਾਨੂੰ ਧਰਨੇ ਲਾਉਣੇ ਪੈਣਗੇ, ਜਾਂ ਕਿ ਕਿਸਾਨ ਸੰਘਰਸ਼ ਕਮੇਟੀਆਂ, ਜਿਹੜਾ ਕਿ ਇਹਦਾ ਲੜਕੀ ਦਾ ਪਿਤਾ ਸੁਖਜਿੰਦਰ ਸਿੰਘ ਆਪਣੇ ਆਪ ਨੂੰ ਕਿਸਾਨ ਸੰਘਰਸ਼ ਕਮੇਟੀ ਦਾ ਇੱਕ ਨੇਤਾ ਦੱਸਦਾ ਆ, ਕਿ ਇਹ ਕਿਸਾਨ ਸੰਘਰਸ਼ ਕਮੇਟੀਆਂ ਸਾਰੇ ਫੈਸਲੇ ਕਰਨਗੀਆਂ ਕਿ ਲੜਕੀਆਂ ਨੂੰ ਇੱਦਾਂ ਵਸਾਇਆ ਜਾਂਦਾ ਆ, ਕਿ ਇੱਥੇ ਕੋਈ ਸਾਡਾ ਇਨਸਾਫ ਕੋਈ ਕਾਨੂੰਨ ਨਹੀਂ ਆ ਕਿ ਜਿਹੜਾ ਸਾਡੀ NRI ਦੀ ਰੱਖਿਆ ਕਰ ਸਕੇ, ਕਿ ਕੱਲ੍ਹ ਇਹ ਕਿਸਾਨ ਸੰਘਰਸ਼ ਕਮੇਟੀ ਜਿਸ 'ਤੇ ਦਿਲ ਕਰੇ ਉਹਦੇ 'ਤੇ ਪਰਚਾ ਕਰਾ ਦੇ, ਝੂਠਾ ਕੇਸ ਬਣਾ ਦੇ, ਕਿਸੇ ਨੂੰ ਅੰਦਰ ਦੇ, ਕਿ ਸਾਡਾ ਕੋਈ ਪੁਲਿਸ ਪ੍ਰਸ਼ਾਸਨ ਕੋਈ ਅਦਾਲਤ ਸਾਡਾ ਕੋਈ ਕਾਨੂੰਨ ਨਹੀਂ ਰਹਿ ਗਿਆ। ਅਸੀਂ NRI ਹਾਂ, ਮੇਰੀ ਇਹ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਤੋਂ ਕਿ ਸਾਡੀ ਇਹਨਾਂ ਗੁੰਡਿਆਂ ਤੋਂ ਸਾਡੀ ਰੱਖਿਆ ਕੀਤੀ ਜਾਵੇ, ਠੱਗਾਂ ਤੋਂ ਰੱਖਿਆ ਕੀਤੀ ਜਾਵੇ। ਇਹ ਸਿਰਫ ਅਤੇ ਸਿਰਫ ਜਿਹੜੀ ਮੇਰੀ ਨੌਂਹ ਪ੍ਰਨੀਤ ਕੌਰ ਆ, ਜਿਹਨੂੰ ਮੈਂ ਵਿਆਹ ਕੇ ਲੈ ਕੇ ਆਈ ਸੀਗੀ, ਇੱਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ ਕੀਤੀਆਂ ਸੀਗੀਆਂ, ਇਹਨੇ ਉਹਦਾ ਵੀ ਇੱਕ ਮਜ਼ਾਕ ਬਣਾ ਕੇ ਰੱਖਤਾ, ਉਸ ਰਿਸ਼ਤੇ ਦਾ ਵੀ ਇਹਨਾਂ ਨੇ ਮੇਰੇ ਬੇਟੇ ਦਾ ਫਿਊਚਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਬਾਹ ਕਰਤਾ ਆ। ਔਰ ਸਾਡੀ ਜਿਹੜੀ ਬਣੀ ਹੋਈ 9 ਸਾਲਾਂ ਦੀ ਇੱਜ਼ਤ ਸੀਗੀ ਉਹਨੂੰ ਵੀ ਇਹਨਾਂ ਨੇ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਆ ਸਾਰੇ ਬੰਨੇ, ਕਿਉਂਕਿ ਜੇਕਰ ਸਾਡੇ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਜੋੜਨਾ ਸੀਗਾ ਤਾਂ ਉਸ ਲੜਕੀ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਜਿਹੜੇ ਨਾਲ ਮੈਂ ਵਿਆਹ ਕੀਤਾ ਵਾ ਉਸ ਬੰਦੇ ਦੀ ਮੈਂ ਇੱਜ਼ਤ ਕਰਨੀ ਆ, ਸਹੁਰੇ ਪਰਿਵਾਰ ਦੀ ਇੱਜ਼ਤ ਕਰਨੀ ਹੈ। ਪਰ ਇਹਨਾਂ ਨੇ ਸਾਡੀ ਇੱਜ਼ਤ ਨੂੰ ਇੰਨਾ ਜ਼ਿਆਦਾ ਉਛਾਲਿਆ ਹੈ ਕਿ ਬਹੁਤ ਜ਼ਿਆਦਾ, ਉਸ ਤੁਸੀਂ ਸਾਰਿਆਂ ਨੇ ਪਹਿਲਾਂ ਜਿਹੜੀ ਵੀਡੀਓ ਆਈ ਸੀ ਉਹ ਦੇਖੀ ਆ, ਪਰ ਇਹਨਾਂ ਦਾ ਮੇਨ ਟਾਰਗੇਟ ਜਿਹੜਾ ਵਾ ਉਹ ਸਿਰਫ ਅਤੇ ਸਿਰਫ ਸਾਡੀ ਸ਼ਹਿਰ ਵਾਲੀ ਜਾਇਦਾਦ, ਮੇਰਾ ਘਰ ਜਿਹੜਾ ਮੇਰੇ ਨਾਂ 'ਤੇ ਆ ਉਹਨੂੰ ਹਥਿਆਉਣ ਦੀ ਕੋਸ਼ਿਸ਼ ਆ, ਅਤੇ ਨਾਲ ਮੇਰੇ ਬੁਟੀਕ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਮੇਰੇ ਬੇਟੇ ਦਾ ਵਿਆਹ 16 ਫਰਵਰੀ 2019 ਨੂੰ ਹੋਇਆ ਆ।